ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੀ ਰੈਲੀ ਦੇ ਦੌਰਾਨ ਇੱਕ ਵਰਕਰ ਦੇ ਗੋਲੀ ਲੱਗੀ ਹੈ। ਦੱਸ ਦਈਏ ਕਿ ਇਸ ਦੌਰਾਨ ਉਹਨਾਂ ਨੇ ਗੋਲੀ ਦਾ ਖੋਲ ਵੀ ਦਿਖਾਇਆ ਹੈ ਤੇ ਜ਼ਖਮੀ ਵਰਕਰ ਵੀ ਸਾਹਮਣੇ ਕੀਤਾ ਹੈ। ਦੱਸ ਦਈਏ ਕਿ ਅਜਨਾਲਾ ਦੇ ਵਿੱਚ ਗੁਰਜੀਤ ਔਜਲਾ ਦੇ ਵੱਲੋਂ ਰੈਲੀ ਰੱਖੀ ਗਈ ਸੀ, ਇਕੱਠ ਰੱਖਿਆ ਗਿਆ ਸੀ, ਤਾਂ ਇਸ ਦੌਰਾਨ ਇਲਜ਼ਾਮ ਲਾਏ ਗਏ ਨੇ ਕਿ ਵਿਰੋਧੀਆਂ ਦੇ ਵੱਲੋਂ ਉਹਨਾਂ ਦੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਿੰਡ ਦੇ ਵਿੱਚੋਂ ਨਿਕਲ ਨਹੀਂ ਦਿੱਤਾ ਜਾਵੇਗਾ ਇਹ ਕਿਹਾ ਗਿਆ ਵਿਰੋਧੀ ਪਾਰਟੀਆਂ ਦੇ ਵੱਲੋਂ, ਤੇ ਇਸ ਦੌਰਾਨ ਇੱਕ ਸ਼ਖਸ ਦੇ ਗੋਲੀ ਮਾਰੀ ਗਈ ਹੈ। ਹਾਲਾਂਕਿ ਇਹ ਗੋਲੀ ਉਸ ਦੀ ਬਾਂਹ ਨੂੰ ਛੋਹ ਕੇ ਨਿਕਲ ਗਈ ਹੈ। ਇਹ ਇਲਜ਼ਾਮ ਲਾਏ ਗਏ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਿਟਿੰਗ MP ਗੁਰਜੀਤ ਸਿੰਘ ਔਜਲਾ ਦੇ ਵੱਲੋਂ, ਜੋ ਕੈਂਡੀਡੇਟ ਨੇ ਕਾਂਗਰਸ ਦੇ ਅੰਮ੍ਰਿਤਸਰ ਤੋਂ, ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਵਿਰੋਧੀ ਬਖਲਾਹਟ 'ਚ ਨੇ, ਹਥਿਆਰ ਜਮ੍ਹਾਂ ਹੋਣ ਦੇ ਬਾਵਜੂਦ ਫਿਰ ਵਿਰੋਧੀਆਂ ਦੇ ਕੋਲ ਹਥਿਆਰ ਕਿੱਥੋਂ ਆਏ। ਗੁਰਜੀਤ ਔਜਲਾ ਦੇ ਵੱਲੋਂ ਕੈਮਰੇ ਦੇ ਅੱਗੇ ਆ ਕੇ ਖੋਲ ਵੀ ਦਿਖਾਇਆ ਗਿਆ ਤੇ ਜ਼ਖਮੀ ਵਰਕਰ ਨੂੰ ਵੀ ਅੱਗੇ ਕੀਤਾ ਗਿਆ, ਜਿਸ ਦੇ ਬਾਂਹ ਨੂੰ ਛੋਹ ਕੇ ਗੋਲੀ ਲੱਗੀ। ਇਸ ਦੌਰਾਨ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ ਤੇ ਗੁਰਜੀਤ ਔਜਲਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਸੀਂ ਕੋਈ ਨੀ ਇਲੈਕਸ਼ਨ ਕਮਿਸ਼ਨ ਆ, ਅਸੀਂ SSP ਦਾ ਦਫ਼ਤਰ ਨਹੀਂ ਛੱਡਣਾ। ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਸੀਂ CCTV ਇੱਧਰ ਹੋ ਗਿਆ ਜੀ, ਆਹ ਹੋ ਗਿਆ, ਤੇ ਜਾਂ ਉਹਨੇ ਝੂਠੀ ਛੱਤ, ਕਿਉਂਕਿ ਝੂਠੀ ਸੱਟ ਲਾ ਕੇ ਲੰਮੇ ਪਏ, ਤੇ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ। ਆਹ ਦੇਖੋ ਵੱਡੇ ਹਾਂਜੀ ਓਏਲਾ ਸਾਹਿਬ, ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ? ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ, ਸ਼ਰੇਆਮ ਚਿੱਟੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ, ਅਸੀਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਲਗਾਤਾਰ, ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ, ਬੰਦੇ ਲੈ ਕੇ ਆ ਰਿਹਾ, ਇਕੱਲਾ ਸੀ, ਮੋਟਰਸਾਈਕਲ ਤੇ ਆ ਰਹੇ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਅੱਜ ਬੰਦੇ ਨਹੀਂ ਨਿਕਲਦੇ ਨੇ। ਔਰ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ, ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ, ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਤਾ, ਉਹਦਾ ਖੋਲ ਵੀ ਜਿਹੜਾ ਸੀ। ਇਹ ਲੋਕਤੰਤਰ ਹੈ, ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ, ਕਿੱਦਾਂ ਸਾਰਾ ਕੁਝ ਹੋ ਰਿਹਾ, ਕਿਰਪਾਨ ਨਾ ਵੱਢਿਆ ਤੇ ਗੋਲੀ ਆ ਵੇਖੋ ਲੱਗੀ ਇਹਦੇ ਹੱਥ ਤੇ। ਇਹ ਹਾਲਾਤ ਨੇ ਪੰਜਾਬ ਦੇ ਵਿੱਚ, ਅੱਜ ਗੁੰਡਾਗਰਦੀ ਜਿਹੜੀ ਅਕਾਲੀ ਦਲ ਬਣਿਆ ਸੀ ਉਹ ਗੁੰਡਾਗਰਦੀ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ। ਇਹ ਲੋਕ ਸ਼ਾਂਤ ਪਸੰਦ ਦੇਸ਼ ਦੇ ਵਸਨੀਕ ਲੋਕਾਂ ਨੂੰ ਵਾਅਦੇ ਕਰ ਰਹੇ ਨੇ, ਅਸੀਂ ਪ੍ਰਸ਼ਾਸਨ ਦੇਵਾਂਗੇ, ਆਹ ਪ੍ਰਸ਼ਾਸਨ ਹੈ, ਆਹ ਕੰਮ ਹੈ, ਪਿੰਡ ਚੋਂ ਵੋਟ ਨਹੀਂ ਪੈਣੀ। ਲੋਕ ਪੱਕੀ ਕੰਮ ਕਰਦੇ ਆ, ਹੁਣ ਕੰਮ ਕਰੋ, ਲੋਕਾਂ ਤੋਂ ਵੋਟਾਂ ਲਓ, ਪਿਆਰ ਕਰੋ।
ਉਠਣਾ ਹੀ ਨਹੀਂ ਲੋਕਤੰਤਰ ਦੀ ਹੱਤਿਆ ਵਾ ਇਹਨਾਂ ਦੀ ਰੈਲੀ।